ਸਵਾਗਤ ਹੈ ਸਾਰਿਆਂ ਦਾ ਜੱਟਾਂ ਦੇ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰਦੇ ਹੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਅਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਲ ਤਵੀਆਂ ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸ ਦੀ ਲੋੜੀ ਦੀ ਜਾਣਕਾਰੀ ਜਿਵੇਂ ਉਸ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਡਿਟੇਲ ਸਾਨੂੰ ਸਾਡੇ ਇਸ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ ਕੋਈ ਕਮਿਸ਼ਨ ਨਹੀਂ ਆਪਣਾ ਅੱਜ ਆਪਣੇ ਕੋਲ ਸੇਲ ਵਿੱਚ ਛੇ ਚੀਜ਼ਾਂ ਨੇ ਜੋ ਤੁਹਾਡੇ ਲਈ ਲੈ ਕੇ ਆਏ ਆ ਜਿਓਂਡੀਅਰ 5204 ਟਰੈਕਟਰ ਹੈ ਸੋਨਾਲੀਕਾ 750 DI ਸਿਕੰਦਰ ਟਰੈਕਟਰ ਹੈ ਨਿਊ ਹਾਲੈਂਡ 3630 4x4 ਟਰੈਕਟਰ ਹੈ ਦੋ ਟਰਾਲੀਆਂ ਨੇ ਜਿੰਨਾ ਵਿੱਚ ਇੱਕ 1.58 ਫੁੱਟ ਲੰਮੀ ਆ ਤੇ ਇੱਕ 11 ਫੁੱਟੀ ਆ ਤੇ 16 ਤਵੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਨਿਊ ਹੋਲੈਂਡ 3630 ਟਰੈਕਟਰ ਦੀ 2019 ਮਾਡਲ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਮੋਗਾ ਏਰੀਆ ਹੈ ਜਿੱਥੇ ਟਰੈਕਟਰ ਵਿਕਾਊ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋਹਰੀਆਂ ਨੇ ਆਲ オリジナル ਟਰੈਕਟਰ ਹੈ ਬਾਡੀ ਚ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ ਕਿਤੇ ਵੀ ਦੁਬਾਰਾ ਪੇਂਟ ਨਹੀਂ ਹੋਇਆ ਸਾਫ ਸੁਥਰਾ ਇਕਦਮ ਵਧੀਆ ਸ਼ਾਈਨਿੰਗ ਦੇ ਵਿੱਚ ਭੇਟ ਪਿਆ ਹੈ ਸਾਰੇ ਜੇਨੂਨ ਪਾਰਟਸ ਲੱਗੇ ਹੋਏ ਨੇ ਕੁਝ ਵੀ ਚੇਂਜ ਨਹੀਂ ਹੋਇਆ ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ 80 ਪੈਸੇ ਤਕਰੀਬਨ ਟਰੈਕਟਰ ਦੇ ਟਾਇਰ ਲੱਗੇ ਹੋਏ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ 1160 ਕੈਂਡੀ ਟਰੈਕਟਰ ਚੱਲਿਆ ਹੋਇਆ ਹੈ ਬਿਲਕੁਲ オリジナル ਚੱਲਿਆ ਹੈ ਮੀਟਰ ਨਾਲ ਕੋਈ ਵੀ ਛੇੜ ਛਾੜ ਨਹੀਂ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸਾਈਡ ਗੇਅਰ ਤੇ ਡਬਲ ਪੀਟੂ ਦੇ ਨਾਲ ਹੈ 3 ਸਪੀਡ ਟਰੈਕਟਰ ਹੈ ਜੋ ਕਿ ਇਹ ਵੀ ਛੇਅਰ ਦੇ ਵਿੱਚ ਆਉਂਦਾ ਹੈ ਯੂਜੀ ਗੇਅਰਬਾਕਸ ਲੱਗਿਆ ਹੋਇਆ ਹੈ ਬਾਕੀ ਨਾਲ ਦਾ ਫਾਈਬਰ ਹੁੱਡ ਹੈਗਾ ਪੰਜਾਬ ਨੰਬਰ ਟਰੈਕਟਰ ਹੈ ਫਰਸਟ ਓਨਰ ਦੇ ਨਾਮ ਹੈ ਸਿਰਫ ਇੱਕ ਹੱਥ ਹੀ ਚੱਲਿਆ ਹੋਇਆ ਹੈ ਫੁੱਲ ਟੌਪ ਵਾਲਾ ਮਾਡਲ ਹੈਗਾ ਬਾਕੀ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 8,65,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਉਹਨਾਂ ਨਾਲ ਫੋਨ ਤੇ WhatsApp ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਆ ਹੁਣ ਗੱਲ ਕਰਦੇ ਆ ਜੀ ਤਵੀਆਂ ਦੀ 16 ਤਵੀਆਂ ਦਿਖਾ ਰਹੇ ਆ ਆਪਾਂ ਤੁਹਾਨੂੰ ਜਿਨ੍ਹਾਂ ਨੂੰ ਆਪਾਂ ਹੈਰੋਂ ਵੀ ਬੋਲ ਦਿੰਨੇ ਆ ਬਾਹਰ ਤਵੇ ਵਾਲੀਆਂ ਤਵੀਆਂ ਨੇ ਤਵੀਆਂ ਦਾ ਜੋ ਏਰੀਆ ਹੈ ਉਹ ਫਿਰੋਜ਼ਪੁਰ ਏਰੀਆ ਹੈ ਜਿੱਥੇ ਤਵੀਆਂ ਵਿਕਾਊ ਹੈ ਹਿੱਸੇ ਵਾਲੀਆਂ ਤਵੀਆਂ ਨੇ ਤੇ ਹਵਾ ਵਾਲੇ ਟਾਇਰ ਲੱਗੇ ਹੋਏ ਐ ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਪਏ ਨੇ ਫੋਟੋਆਂ ਤੁਸੀਂ ਦੇਖ ਸਕਦੇ ਹੋ ਤਵੀਆਂ ਦੇ ਜੋ ਤਵੇ ਐ 21 ਇੰਚ ਹਿਪੋ ਦੇ ਤਵੇ ਲੱਗੇ ਹੋਏ ਨੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਤਵੇ ਪਏ ਐ ਇਕਦਮ ਵਧੀਆ ਕੁਆਲਟੀ ਦੇ ਤਵੇ ਲੱਗੇ ਹੋਏ ਨੇਗੇ ਵੱਡੇ 베アリング ਲੱਗੇ ਹੋਏ ਐ ਹੈਵੀ ਫਰੇਮ ਐ ਤਲਵੰਡੀ ਭਾਈ ਦੀਆਂ ਤਵੀਆਂ ਬਣੀਆਂ ਹੋਈਆਂ ਐ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਤਵੀਆਂ ਖੜੀਆਂ ਐ ਕੋਈ ਕਮੀ ਪੇਸ਼ੀ ਨਹੀਂ ਹੈਵੀ ਕੁਆਲਿਟੀ ਦੀਆਂ ਬਣੀਆਂ ਹੋਈਆਂ ਨੇ ਮਾਲਕਾਂ ਨੇ ਤਵੀਆਂ ਦੀ ਜੋ ਡਿਮਾਂਡ ਰੱਖੀ ਐ ਉਹ ਰੱਖੀ ਐ 67000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਸਕਦਾ ਹੈ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਆ ਤੁਸੀਂ ਮਾਲਕਾਂ ਨਾਲ ਫੋਨ ਤੇ ਆ ਵਟਸਐਪ ਤੇ ਗੱਲਬਾਤ ਕਰਕੇ ਇਹ ਤਵੀਆਂ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ 1.5/18 ਵਾਹ 7 ਫੁੱਟੀ ਟਰਾਲੀ ਦੀ ਟਰਾਲੀ ਦਾ ਜੋ ਏਰੀਆ ਹੈ ਉਹ ਨਕੋਦਰ ਏਰੀਆ ਜਿੱਥੇ ਟਰਾਲੀ ਵਿਕਾਊ ਹੈ ਸਾਦੀ ਟਰਾਲੀ ਹੈ ਬਾਕੀ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋਹਰੀਆਂ ਨੇ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰਾਲੀ ਹੈਗੀ ਟਰਾਲੀ ਦੀ 2 ਫੁੱਟ ਵਾੜੀ ਹੈ 2.5 ਫੁੱਟਾ ਵਿਡ ਲੱਗਿਆ ਹੋਇਆ ਹੈ ਬਿੱਡੂ ਪਰ 1 ਫੁੱਟ ਤੇ ਪੈਪ ਲੱਗੀ ਹੋਈ ਹੈ ਤਰਪਾਲ ਵਗੈਰਾ ਪਾਉਣ ਦੇ ਲਈ ਰੱਸਾ ਟਾਈਟ ਕਰ ਲਈ ਤੇ ਰੱਸਾ ਇਕੱਠਾ ਕਰ ਲਈ ਵਧੀਆ ਟੈਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਬਾਕੀ ਡੀ ਲਕਸ ਮਾਡਲ ਹੈ ਮੱਛੀ ਹੁੱਕ ਲੱਗੀ ਹੋਈ ਹੈ ਹੈਵੀ ਕੁਆਰਟੀ ਟਰਾਲੀ ਬਣੀ ਹੋਈ ਹੈ ਕੋਈ ਕਮੀ ਬਿਸ਼ਰੀ ਟਰਾਲੀ ਦੇ ਵਿੱਚ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 3,60,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਆ ਵਟਸਐਪ ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ ਸੋਨਾਲੀਕਾ 750 DI ਸਕੰਦਰ ਟਰੈਕਟਰ ਦੀ 2019 ਮਾਡਲ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਫਤੇਗੜ ਸਾਹਿਬ ਏਰੀਆ ਹੈ ਜਿੱਥੇ ਟਰੈਕਟਰ ਵਿਕਾਊ ਹੈ ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ 올 ओरिजिनल ਟਰੈਕਟਰ ਹੈ ਬਾਡੀ ਚ ਅਸੀਂ ਲਿੰਕਾਂ ਦਾ ਪੇਟ ਸਾਰਾ ਨਾਲ ਦਾ ਹੈ ਕਿਤੇ ਵੀ ਰੰਗ ਪੇਟ ਖਰਾਬ ਨਹੀਂ ਹੋਇਆ ਸਾਫ਼ ਸੁਥਰਾ ਇੱਕਦਮ ਵਧੀਆ ਸ਼ਾਈਨਿੰਗ ਦੇ ਵਿੱਚ ਭੇਟ ਪਿਆ ਹੈ ਟਰੈਕਟਰ ਦੇ ਜੋ ਟਾਇਰ ਨੇ ਅਗਲੇ ਟਾਇਰ ਟਰੈਕਟਰ ਦੇ ਨਾਲ ਦੇ ਹੈ ਜੋ ਕਿ 60 ਪੈਸੇ ਤਕਰੀਬਨ ਹੈ ਤੇ ਪਿਛਲੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਹੈ ਬਾਕੀ ਟੈਰਾਂ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਤੇ ਲਿਫਟ ਦਾ ਬਿਲਕੁਲ ਸੀਲ ਦਾ ਟਰੈਕਟਰ ਕਿਤੇ ਵੀ ਚਾਬੀ ਤੱਕ ਨਹੀਂ ਲੱਗੀ ਹੋਈ ਬਾਕੀ ਪੰਜਾਬ ਨੰਬਰ ਟਰੈਕਟਰ ਹੈ ਫਰਸਟ ਓਨਰ ਦੇ ਨਾਮ ਹੈ ਸਿਰਫ ਇੱਕ ਆਤੀ ਚੱਲਿਆ ਹੋਇਆ ਹੈ 2400 ਘੰਟੇ ਟਰੈਕਟਰ ਚੱਲਿਆ ਹੋਇਆ ਹੈਗਾ ਟਰੈਕਟਰ ਡਬਲ ਕਲੱਚ ਪਾਵਰ ਬ੍ਰੇਕ ਪਾਵਰ ਸਟੀering ਸਾਈਡ ਗੇਅਰ ਤੇ ਰਿਵਰਸ ਵੀਡੀਓਜ਼ ਨਾਲ ਹੈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਲੈਣ ਸਮੇ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਕਿਤੇ ਕੋਈ ਲੀਕਿੰਗ ਵਗੈਰਾ ਨਹੀਂ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਆ 515000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਉਹਨਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਆ ਤੁਸੀਂ ਮਾਲਕਾਂ ਨਾਲ ਫੋਨ ਤੇ ਆ ਵਟਸਐਪ ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਜੀ ਜੌਂਡੀਅਰ 5204 ਟਰੈਕਟਰ ਦੀ 2008 ਮਾਡਲ ਟਰੈਕਟਰ ਹੈ ਤੇ ਇਸ ਦਾ ਜੋ ਏਰੀਆ ਹੈ ਉਸ ਨਾਮ ਏਰੀਆ ਪਿੰਡ ਸ਼ੇਰੋਂ ਜ਼ਿਲ੍ਹਾ ਸੰਗਰੂਰ ਜਿੱਥੇ ਟਰੈਕਟਰ ਵਿਕਾਊ ਹੈ ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋਹਰੀਆਂ ਨੇ 올 ओरिजिनल ਟਰੈਕਟਰ ਹੈ ਬਾਡੀ ਜਿਹਾ ਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ ਕਿਤੇ ਵੀ ਰੰਗ ਪੇਂਟ ਲਿਹਾ ਨਹੀਂ ਹੋਇਆ ਕਿਤੇ ਕੋਈ ਡੈਮੇਜ ਵਗੈਰਾ ਨਹੀਂ ਸਾਫ਼ ਸੁਥਰਾ ਵਧੀਆ ਪੇਂਟ ਪਿਆ ਹੈ ਟਰੈਕਟਰ ਦੇ ਜੋ ਟਾਇਰ ਨੇ 65 70 ਪੈਸੇ ਤਕਰੀਬਨ ਟਰੈਕਟਰ ਦੇ ਟਾਇਰ ਲੱਗੇ ਹੋਏ ਐ ਬਾਕੀ ਫੋਟੋਆਂ ਟਾਇਰਾਂ ਦੀ ਸਕਰੀਨ ਤੇ ਸ਼ੋਅ ਹੋ ਰਹੀਆਂ ਨੇ ਗੁੱਡਇਰ ਦੇ ਟਾਇਰ ਐ ਤੇ ਟਰੈਕਟਰ ਦੇ ਅਗਲੇ ਟਾਇਰਾਂ ਤੇ ਮੜਗਾੜ ਚੜੇ ਹੋਏ ਐ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਕਿਤੇ ਕੋਈ ਲੀਕਿੰਗ ਵਗੈਰਾ ਨਹੀਂ ਟਰੈਕਟਰ ਦੇ ਜੋ ਸਿਸਟਮ ਲੱਗਿਆ ਹੋਇਆ ਐ ਯੂ ਪਾਈਪ ਤੇ ਫਾਈਬਰ ਹੁੱਡ ਇਹ ਮਾਲਕ ਵੀਰਾਂ ਨੇ ਨਾਲ ਹੀ ਦੇਣਾ ਐ ਬਾਕੀ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਇੰਡੀਅਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕਾ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ ਤੇ ਇਸ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 370000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਉਹਨਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਮਾਲਕਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਉਹਨਾਂ ਨਾਲ ਫੋਨ ਤੇ ਜਾਂ ਵਟਸਐਪ ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ 11 बाय 6.5 ਫੁੱਟ ਦੀ ਟਰਾਲੀ ਦੀ ਟਰਾਲੀ ਦਾ ਜੋ ਏਰੀਆ ਹੈ ਉਹ ਰਾਏਕੋਟ ਏਰੀਆ ਹੈ ਜਿੱਥੇ ਟਰਾਲੀ ਵਿਕਾਊ ਹੈ ਬਾਕੀ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋਹ ਰਹੀਆਂ ਨੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰਾਲੀ ਖੜੀ ਹੈ ਟਰਾਲੀ ਦੀ 2 ਫੁੱਟ ਬਾਡੀ ਹੈ 3 ਫੁੱਟਾ ਵਿਡ ਲੱਗਿਆ ਹੋਇਆ ਹੈ ਪੱਤੀਆਂ ਵਾਲਾ ਵਿਡ ਹੈਗਾ ਬਾਕੀ ਡਬਲ ਟੈਰੀ ਟਰਾਲੀ ਹੈ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਨੇਗੇ ਸਾਫ਼ ਸੁਥਰੇ ਬੇਦਾਗ ਅਰੀਜਨਲ ਪੱਕੇ ਟਾਇਰ ਹੈ ਕਿਤੇ ਕੋਈ ਕੱਟ ਵਗੈਰਾ ਨਹੀਂ ਬਿਲਕੁਲ ਨਵੀਂ ਟਰਾਲੀ ਹੈ 2024 ਦੇ ਵਿੱਚ ਹੀ ਬਣੀ ਹੋਈ ਹੈ ਲਿਫਟ ਪੰਪ ਵਾਲੀ ਟਰਾਲੀ ਹੈਗੀ ਕੋਈ ਕਮੀ ਪੂਰੀ ਨਹੀਂ ਟਰਾਲੀ ਦੇ ਵਿੱਚ ਵਧੀਆ ਤਰੀਕੇ ਨਾਲ ਟਰਾਲੀ ਨੂੰ ਤਿਆਰ ਕੀਤਾ ਗਿਆ ਹੈ ਤੇ ਮਾਲਕ ਵੀਰ ਇਸ ਦਾ ਰੇਟ ਫੋਨ ਤੇ ਕਰਨਗੇ ਨੰਬਰ ਉਹਨਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਆ WhatsApp ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਹੋ ਥੈਂਕ ਯੂ ਸਾਰੇ ਵੀਰਾਂ ਨੂੰ ਇੱਕ ਹੋਰ ਰਿਕੁਐਸਟ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਤੇ ਜੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਉਹ ਜਰੂਰ ਦੱਸਦਿਆ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆ ਸਕੀਏ ਇੱਕ ਜਿੰਨੇ ਵੀ ਵੀਰ ਐਡ ਕਰਵਾਉਣ ਲਈ ਕਿਸੇ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਆ ਉਸ ਮਸ਼ੀਨਰੀ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਜਰੂਰ ਦੱਸਦਿਆ ਕਰਨ ਜਦੋਂ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਐਡ ਲਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਨਾ ਆ ਸਕੇ ਇਸੇ ਤਰ੍ਹਾਂ ਜੁੜੇ ਰਹੋ ਆਪਣੇ ਚੈਨਲ ਟ੍ਰੈਕਟਰ ਦੇ ਨਾਲ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਛੇ ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਂਦੇ ਆ ਜਿਸ ਨੂੰ ਤੁਸੀਂ ਹਰ ਰੋਜ਼ ਦੇਖ ਸਕੋ ਤੇ ਮਿਸ ਨਾ ਕਰ ਸਕੋ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ ਕੱਲ ਨੂੰ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ